ਸਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ਼੍ਰੀ ਅਕਾਲ ਕਹਿੰਦੇ ਇੱਕ ਵਾਰ ਇੱਕ ਪਿਤਾ ਨੇ ਆਪਣੇ ਪੁੱਤਰ ਨੂੰ ਆਪਣੇ ਪਾਸ ਬੁਲਾਇਆ ਉਹਦੇ ਸਿਰ ਤੇ ਹੱਥ ਰੱਖਿਆ ਔਰ ਹੱਥ ਰੱਖ ਕੇ ਉਹਨਾਂ ਨੇ ਆਪਣੇ ਪੁੱਤਰ ਨੂੰ ਪੁੱਛਿਆ ਕਿ ਪੁੱਤਰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਤਾਕਤਵਰ ਮਨੁੱਖ ਕੌਣ ਹੈ ਤਾਂ ਪੁੱਤਰ ਨੇ ਸਬਾਬਕ ਜਵਾਬ ਦਿੱਤਾ ਪਿਤਾ ਜੀ ਮੈਂ ਹਾਂ ਪਿਤਾ ਨੇ ਪੁੱਤਰ ਦੇ ਸਿਰ ਤੋਂ ਹੱਥ ਚੱਕਿਆ ਫਿਰ ਸਵਾਲ ਕੀਤਾ ਕਿ ਪੁੱਤਰ ਦੁਨੀਆ ਦਾ ਸਭ ਤੋਂ ਕਮਜ਼ੋਰ ਵਿਅਕਤੀ ਕੌਣ ਹੈ ਤਾਂ ਪੁੱਤਰ ਨੇ ਫੇਰ ਝਟਪਟ ਜਵਾਬ ਦਿੱਤਾ ਪਿਤਾ ਜੀ ਮੈਂ ਹਾਂ ਪਿਤਾ ਬੜਾ ਹੈਰਾਨ ਹੋਇਆ ਪੁੱਤਰ ਇਹ ਦੱਸ ਦੋਨੋਂ ਗੱਲਾਂ ਇੱਕੋ ਵਿਅਕਤੀ 'ਚ ਕਿਵੇਂ ਹੋ ਗਈਆਂ ਜਦੋਂ ਮੈਂ ਪੁੱਛਿਆ ਕਿ ਤਾਕਤਵਰ ਕੌਣ ਹੈ ਤਾਂ ਤੂੰ ਕਿਹਾ ਮੈਂ ਹਾਂ ਜਦੋਂ ਮੈਂ ਪੁੱਛਿਆ ਕਮਜ਼ੋਰ ਕੌਣ ਹੈ ਤਾਂ ਵੀ ਤੂੰ ਕਿਹਾ ਕਿ ਮੈਂ ਹਾਂ ਤਾਂ ਪੁੱਤਰ ਨੇ ਬਹੁਤ ਬਾਖੂਬੀ ਨਾਲ ਬੜਾ ਖੂਬਸੂਰਤ ਜਵਾਬ ਦਿੱਤਾ ਪਿਤਾ ਜੀ ਜਦੋਂ ਤੁਹਾਡਾ ਹੱਥ ਮੇਰੇ ਸਿਰ ਤੇ ਸੀ ਤਮੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੁਨੀਆ ਦਾ ਸਭ ਤੋਂ ਤਾਕਤਵਰ ਵਿਅਕਤੀ ਸੀ ਜਦੋਂ ਤੁਸੀਂ ਆਪਣਾ ਹੱਥ ਮੇਰੇ ਸਿਰ ਤੋਂ ਚੁੱਕ ਲਿਆ ਤਾਂ ਮੇਰੇ ਤੋਂ ਵੱਧ ਕਮਜ਼ੋਰ ਵਿਅਕਤੀ ਇਸ ਦੁਨੀਆ ਤੇ ਕੋਈ ਹੋਰ ਹੋ ਨਹੀਂ ਸਕਦਾ ਇਹ ਹੈ ਰਿਸ਼ਤਿਆਂ ਦੀ ਅਹਿਮੀਅਤ ਕਹਿੰਦੇ ਨੇ ਮਾਂ ਠੰਡੀ ਮਿੱਠੀ ਛਾਂ ਹੁੰਦੀ ਆ ਪਿਤਾ ਆਪ ਖੁਦਾ ਹੈ ਮਾਂ ਤੁਰ ਜਾਏ ਘਰ ਬिखर ਜਾਂਦਾ ਤੇ ਕਿਤੇ ਪਿਤਾ ਤੁਰ ਜਾਏ ਤਾਂ ਦੁਨੀਆ ਪिखर ਜਾਂਦੀ ਹੈ ਮਾਪਿਆਂ ਤੋਂ ਉੱਤੇ ਦੁਨੀਆ ਦੇ ਵਿੱਚ ਨਾ ਕੋਈ ਤੀਰਥ ਹੈ ਨਾ ਕੋਈ ਜਪ ਤਪ ਹੈ ਨਾ ਕੋਈ ਜੱਗ ਹੈ ਮਾਪੇ ਸਾਡੀ ਜ਼ਿੰਦਗੀ ਦੀ ਚੱਲਦੀ ਫਿਰਦੀ ਅਜਿਹੀ ਪਾਠਸ਼ਾਲਾ ਨੇ ਜਿੱਥੋਂ ਅਸੀਂ ਹਰ ਰੋਜ਼ ਨਵੇਂ ਸਬਕ ਤਾਂ ਲੈਂਦੇ ਹੀ ਹਾਂ ਨਾਲ ਦੀ ਨਾਲ ਸਾਡੇ ਉੱਪਰ ਅਸੀਸਾਂ ਦੀ ਰਹਿਮਤਾਂ ਦੀ ਬਰਕਤਾਂ ਦੀ ਖੁਸ਼ੀਆਂ ਦੀ ਸਹਾਰੇ ਦੀ ਬਰਸਾਤ ਹਮੇਸ਼ਾ ਹੁੰਦੀ ਰਹਿੰਦੀ ਹੈ ਜਦੋਂ ਮਾਪਿਆਂ ਦੀ ਅਸੀਸ ਮਾਪਿਆਂ ਦਾ ਆਸ਼ੀਰਵਾਦ ਸਿਰ ਤੇ ਹੈ ਤਾਂ ਸੱਚਮੁੱਚ ਇਹ ਦੁਨੀਆ ਬਹੁਤ ਸੁਹਾਵਣੀ ਹੁੰਦੀ ਹੈ ਤਾਈਓ ਇਹ ਕਿਹਾ ਜਾਂਦਾ ਹੈ ਖੁਸ਼ ਕਰ ਲੋ ਮਾਪੇ ਰੱਬ ਮਿਲ ਜੋ ਆਪੇ ਖੁਸ਼ ਕਰ ਲੋ ਮਾਪੇ ਰੱਬ ਮਿਲ ਜੋ ਆਪੇ ਬਹੁਤ ਬਹੁਤ ਧੰਨਵਾਦ